ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚਿਆ ਪਿੰਡ ਸਾਂਗਰਾ, ਤਹਿਸੀਲ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਲੱਗਦਾ ਇਸ ਪਿੰਡ ਨੂੰ। ਮੰਡ ਏਰੀਆ ਦੋਸਤੋ, ਬਾਊਪੁਰ ਪਿੰਡ ਬਿਲਕੁਲ ਨਜ਼ਦੀਕ ਆ। ਅਤੇ ਵੀਰ ਸ਼ਹਿਬਾਜ਼ ਕੋਲ ਆਏ ਹਾਂ ਦੋਸਤੋ, ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਇੱਕ ਘਰੇਲੂ ਮਾਲ ਆ ਵੀਰ ਦੇ ਕੋਲ, ਘਰੇਲੂ ਮਾਲ ਦੇ ਵਿੱਚੋਂ ਅੱਜ ਇੱਕ ਜਿਹੜੀ ਵਹਿੜ ਆ ਦੋਸਤੋ, ਇਹ ਸੇਲ ਕਰਦੇ ਪਏ ਨੇ, ਸ਼ਾਹੀਵਾਲ ਅੰਗ ਦੇ ਵਿੱਚ ਵਹਿੜ ਆ। ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਪਿਛਲੇ ਸੂਬਿਆਂ ਦਾ ਰਿਕਾਰਡ ਪੁੱਛ ਲਾਂਗੇ, ਪਿਛਲੇ ਸੂਬੇ ਵੀ ਵੀਰ ਹੁਣ ਨੇ ਘਰੇ ਬਿਲਕੁਲ ਜਿਹੜੀ ਇਹਦੀ ਚੁਆਈ ਕੀਤੀ ਆ। ਇਸ ਵਾਰ ਜਿਹੜਾ ਦੋਸਤੋ ਸੂਬਾ ਪੁੱਛ ਲਾਂਗੇ ਕਿਨਮਾ ਕੇ ਸੂਨ ਵਾਲੀ ਆ। ਅਤੇ 10 ਫਰਵਰੀ ਆ ਤਰੀਕ, ਤੁਸੀਂ ਨੋਟ ਕਰ ਲਓ ਦੋਸਤੋ। ਸਮਾਂ ਕੋਈ ਦੁਪਹਿਰ ਦੇ ਵੈਸੇ 1-1:30 ਵਜੇ ਦਾ ਸਮਾਂ ਹੈ। ਵਹਿੜ ਗੱਬਣ ਆ, ਬਾਕੀ ਕੋਈ ਵੀਰ ਆਪਦੀ ਤਿੱਪ ਕੇ ਚੌਂ ਥਰਾਂ ਦੀ ਤਸੱਲੀ ਆ, ਤੁਸੀਂ ਘਰ ਆਣ ਕੇ ਕਰ ਲਿਓ। ਅਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਦੋਸਤੋ, ਅਤੇ ਉਹ ਤੁਸੀਂ ਖਰੀਦ ਕਰ ਸਕਦੇ ਜੇ। ਅਤੇ ਪਿੰਡ ਤੁਸੀਂ ਸਾਂਗਰੇ ਵਿਜਿਟ ਕਰਨੀ ਆ, ਨੇੜੇ ਪਿੰਡ ਘੜਕਾ ਆ ਜਾਂਦਾ ਦੋਸਤੋ, ਮਾਝੇ ਦਾ ਪਿੰਡ ਹੀ ਆ ਵੈਸੇ ਘੜਕਾ, ਸਤਲੁਜ ਬਿਆਸ ਦਰਿਆ ਦੇ ਬਿਲਕੁਲ ਨਾਲ ਲੱਗਦਾ ਜਿਹੜਾ ਦੋਸਤੋ ਪਿੰਡ ਸਾਂਗਰਾ ਹੈਗਾ। ਅਤੇ ਸਭ ਤੋਂ ਪਹਿਲਾਂ ਵੀਰ ਸ਼ਹਿਬਾਜ਼, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ, ਮੰਨ ਲਓ ਸੁਲਤਾਨਪੁਰ ਲੋਧੀ ਤੋਂ ਆਪਣੇ ਪਿੰਡ ਦੀ ਦੂਰੀ ਕਿੰਨੀ ਕੁ ਜੀ? 13 ਕਿਲੋਮੀਟਰ ਹੈ ਜੀ। 13 ਕਿਲੋਮੀਟਰ, ਹਾਂਜੀ। ਅਤੇ ਘੜਕਾ ਤਕਰੀਬਨ ਕੋਈ ਹੋਣਾ 2-2.5-3 ਕਿਲੋਮੀਟਰ? ਹਾਂਜੀ, 4 ਕਿਲੋਮੀਟਰ ਮੰਨ ਲਓ ਜੀ। 4 ਕਿਲੋਮੀਟਰ, ਹਾਂ 4 ਕਿਲੋਮੀਟਰ। ਅਤੇ ਬਾਕੀ ਹੋਰ ਨਾਲ ਲੱਗਦੇ ਪਿੰਡ ਜਿਵੇਂ ਆਪਣੇ ਬਾਊਪੁਰ ਸਾਂਗਰ, ਬਾਕੀ ਇਹ ਪੁਲ ਟੱਪ ਕੇ ਲੱਖਵਰਿਆਂ ਪਿੰਡ ਹੈ ਜੀ। ਹਾਂਜੀ ਹਾਂਜੀ, ਲੱਖਵਰਿਆਂ ਫਤੋਵਾਲ ਹੋ ਗਿਆ ਜੀ। ਹਾਂਜੀ, ਅਤੇ ਬਾਕੀ ਲਾਡਲਾ ਪਿੰਡ, ਬਾਕੀ ਪਿੰਡ ਅਗਲੇ ਪਿੰਡ ਦੇ ਬਹੁਤ ਹੈ ਜੀ। ਠੀਕ ਹੈ ਜੀ। ਵੈਸੇ ਮਾਝੇ ਆਪਣੇ ਦੁਬਾਬੇ ਤੋਂ ਕਿਸੇ ਨੇ ਆਉਣਾ ਅਤੇ ਸੁਲਤਾਨਪੁਰ ਤੋਂ ਵੈਸੇ ਕਿੰਨੀ ਦੂਰੀ ਦੱਸੀ ਹੈ? ਸੁਲਤਾਨਪੁਰ ਤੋਂ 13 ਕਿਲੋਮੀਟਰ। 13 ਕਿਲੋਮੀਟਰ, ਪੱਕਾ ਰੋਡ ਹੀ ਆਉਂਦਾ, ਵੀ ਕਿਸੇ ਪਾਸੇ ਕੋਈ ਦਿੱਕਤ ਨਹੀਂ ਆਉਂਦੀ? ਨਾ ਜੀ, ਕਿਸੇ ਕਿਸਮ ਦਿੱਕਤ ਨਹੀਂ ਜੀ। ਠੀਕ ਹੈ ਜੀ। ਅਤੇ ਜਿਹੜਾ ਕਿ ਵੀਰ ਮਾਝੇ ਤੋਂ ਆ ਰਿਹਾ ਅਤੇ ਘੜਕੇ ਤੋਂ ਜਿਹੜਾ ਪੁਲ ਬਣਿਆ ਦਰਿਆ ਦੇ ਉੱਤੇ, ਇਹ ਟੱਪਦਿਆਂ ਸਾਰੇ ਆਪਣੇ ਜਿਹੜੇ ਪਿੰਡ ਵਿਜਿਟ ਹੋ ਜਾਂਦੇ? ਵਿਜਿਟ ਹੋ ਜਾਂਦੇ ਜੀ। ਠੀਕ ਆ। ਅਤੇ ਅੱਛਾ ਵੀਰ, ਜਿੱਦਾਂ ਕਿ ਆਪਾਂ ਦੱਸਿਆ ਵੀ ਘਰੇਲੂ ਮਾਲ ਆਪਣੇ ਕੋਲ ਜਿੰਨਾ ਵੀ ਹੈਗਾ ਫਿਲਹਾਲ ਹਵੇਲੀ ਦੇ ਵਿੱਚ ਨਜ਼ਰ ਆ ਰਿਹਾ ਘਰ ਦਾ ਮਾਲ, ਹਾਂਜੀ, ਘਰੇਲੂ ਮਾਲ ਦੇ ਵਿੱਚੋਂ ਅੱਜ ਇਹ ਆਪਾਂ ਵਹਿੜ ਸੇਲ ਕਰਦੇ ਪਏ ਹਾਂ। ਹਾਂਜੀ, ਇਹ ਸੂਬਾ ਅੱਗੇ ਕਿਰਮਾ ਹੁਣ ਸੁਣ ਜਾ ਰਹੀ ਹੈ? ਇਹ ਦੂਜਾ ਸੂਬਾ ਸੁਣ ਜਾ ਰਹੀ ਹੈ, ਦੂਜਾ ਸੂਬਾ। ਹਾਂਜੀ, ਅਤੇ ਹਜੇ ਸਮਾਂ ਕੋਈ ਲਿਖਤੀ ਤੌਰ 'ਤੇ ਪੱਕਾ ਲਿਖਿਆ, ਕਿੰਨੇ ਕੁ ਦਿਨ ਬਾਕੀ ਹੈ ਇਹ ਜੀ? 16-17 ਤਰੀਕ ਨੂੰ ਦਿਨ ਪੂਰੇ ਹੋਣੇ ਜੀ ਇਹਦੇ। 17 ਨੂੰ? ਹਾਂਜੀ, 17 ਫਰਵਰੀ ਨੂੰ। 17 ਫਰਵਰੀ, ਹਜੇ 5-7 ਹਫ਼ਤਾ ਇੱਕ ਬਾਕੀ ਹੈ। ਹਫ਼ਤਾ ਇੱਕ ਲੈਂਦੀ ਹੈ ਜੀ। ਠੀਕ ਆ, ਸੂਬਾ ਹੁਣ ਦੂਜਾ ਦੱਸਤਾ? ਦੂਜਾ ਦਾ, ਅਤੇ ਪਹਿਲੇ ਸੂਬੇ ਕੋਈ ਦੁੱਧ ਦੀ ਕਪੈਸਿਟੀ ਇਹਦੀ ਆਪਾਂ ਹੱਥੀ ਚੋਇਆ ਹੋਵੇ? ਹਾਂਜੀ, ਘਰੇ ਚੋਈਏ 16-17 ਲੀਟਰ ਪਹਿਲੇ ਸੂਬੇ ਚੋਇਆ ਜੀ। 16-17? ਹਾਂਜੀ। ਠੀਕ ਹੈ ਜੀ, ਬਾਕੀ ਚੋਣ ਚਾਣ ਆਇਆ ਵਧੀਆ ਲੱਗਦੀ ਹੈ? ਸਾਫ਼ ਹੈ ਜੀ, ਬਿਲਕੁਲ ਅੱਧ ਸਲੀ ਕਰਕੇ ਖੜੇ ਜੀ। ਠੀਕ ਆ, ਬਾਕੀ ਹੈ ਜਿੱਦਾਂ ਕਿ ਵੀਰ ਸਪਾਜ ਕਈ ਪਿਓਰ ਜ਼ਿਆਦੀਆਂ ਵਹਿੜਾਂ ਹੁੰਦੀਆਂ, ਚਲੇ ਜਾਂਦਾ ਵੈਸੇ ਬੰਨ ਬੁੰਨ ਨਹੀਂ ਹੈਗਾ। ਹਾਂਜੀ, ਥੋੜ੍ਹੀ ਜਿਹੀ ਕਰੋਸ ਵਿੱਚ ਵੀ ਹੈਗੀ ਆ, ਪਰ ਠੰਡੀ ਧੀਰੀ ਆ, ਸੀਲ ਸਾਲ ਕੇ ਪੂਰੀ ਸੀਲ ਹੈ ਜੀ, ਕਿਸੇ ਕਿਸਮ ਦਿੱਕਤ ਨਹੀਂ, ਕੋਈ ਗੱਲਬਾਤ ਨਹੀਂ ਤੇ? ਠੀਕ ਹੈ ਜੀ, ਕੋਈ ਗੱਲਬਾਤ ਨਹੀਂ, ਸੀਲ ਸਾਲ ਬਿਲਕੁਲ ਠੀਕ ਠਾਕ ਆ। ਲਓ ਜੀ, ਹਾਂਜੀ, ਕੋਈ ਗੱਲਬਾਤ ਨਹੀਂ ਜੀ। ਸੋ ਠੰਡੀ ਧੀਰੀ ਆ ਦੋਸਤੋ, ਸੀਲ ਸਲੱਗ। ਹਾਂਜੀ, ਚੋਈ ਆਪਾਂ। ਠੀਕ ਹੈ ਜੀ। ਹਾਂਜੀ, ਬਾਕੀ ਘਰੇਲੂ ਘਰੇ ਚੋਈ ਆ, ਤੋ ਕੋਈ ਵੀਰ ਦੱਸ ਰਿਹਾ ਵੀ 16-17 ਤੋਂ ਪਲੱਸ ਜਿਹੜੀ ਮਿਲਕਿੰਗ ਇਸ ਵੈਡ ਤੇ ਭਰੀ ਆ, ਬਾਕੀ ਲੜ ਲੁੜ ਕਾਫੀ ਆ, ਢਿੱਲਾਂ ਢੁੱਲਾਂ ਬਹੁਤ ਜ਼ਿਆਦੀਆਂ। ਇੱਕ ਵਾਰੀ ਤੁਹਾਨੂੰ ਥੋੜ੍ਹਾ ਜਿਹਾ ਨਜ਼ਦੀਕੀ ਤੋਂ ਵੀ ਆਪਾਂ ਥਣ ਥੁਣ ਦਿਖਾਵਾਂਗੇ, ਉਸ ਤੋਂ ਬਾਅਦ ਵੀਰ ਨੂੰ ਕਹਾਂਗੇ ਆਪਾਂ ਖੋਲ੍ਹ ਕੇ ਤੁਹਾਨੂੰ ਜਿਹੜਾ ਤੋਰ ਕੇ ਦਿਖਾ ਦੂਗਾ। ਆ ਲਓ, ਸੋ ਥਣ ਦੀ ਕੁਆਲਿਟੀ ਬਹੁਤ ਸੋਹਣੀ ਆ, ਥਣ ਜਿਹੜਾ ਦੋਸਤੋ ਸ਼ਾਹੀਵਾਲ ਵੈਡ 'ਤੇ ਕਦੀ ਮਾੜਾ ਨਹੀਂ ਆਉਂਦਾ, ਜਾਂ ਛੋਟੇ ਥਣ ਨਹੀਂ ਆਉਂਦੇ ਗੇ ਵੀ ਕੋਈ ਵੀਰ ਉਂਗਲਾ ਨਾ ਚੁੰਦਾ ਫਿਰੇ, ਮੁੱਠੀ ਮੁੱਠੀ ਥਣ ਆ, ਰੁਕ ਰੁਕ ਦੋਹਰਾ ਥਣ ਆ। ਬਾਕੀ ਰੰਗ ਇੱਕ ਆ ਬਿਲਕੁਲ ਨੋਰਮਲੀ, ਆਪਾਂ ਸ਼ਾਹੀਵਾਲ ਅਤੇ ਜਰਸੀ ਵੈੜਾਂ ਇੱਕ ਪਿਓਰ ਜਿਹੜਾ ਕਲਰ ਇਹਨਾਂ ਦਾ ਉਸੇ ਵਿੱਚ ਜਿਹੜਾ ਰੰਗ ਹੈਗਾ ਬਰਾਊਨ ਰੈੱਡ ਜਿਹਾ ਰੰਗ ਆ। ਅਤੇ ਬਾਕੀ ਫੇਸ ਕੁਆਲਿਟੀ ਅਤੇ ਠੰਡੀ ਧੀਰੀ ਆ, ਸੀਲ ਸਲੱਗ ਪੂਰੀ ਆ। ਖੋਲ੍ਹ ਕੇ ਇੱਕ ਵਾਰੀ ਲੰਮਾ ਤੁਹਾਨੂੰ ਤੋਰ ਕੇ ਦਿਖਾਉਂਦੇ ਹਾਂ। ਸ਼ਹਿਬਾਜ ਵੀਰੇ, ਖੋਲ੍ਹ ਕੇ ਇੱਕ ਵਾਰੀ ਤੋਰਦੇ ਆ ਜੇ ਲੰਮਾ। ਲਓ ਜੀ, ਲਓ ਜੀ, ਸੋ ਲੇਵੇ ਦੇ ਵਿੱਚ ਢਿੱਲ ਢੁੱਲ ਕਾਫੀ ਜ਼ਿਆਦਾ ਆ ਦੋਸਤੋ। ਬਾਕੀ 7-8 ਦਿਨ ਕੋਈ ਵੀਰ ਤੱਕ ਕੇ
ਸੌਦਾ ਕਰ ਲਿਓ, ਠੀਕ ਹੈ ਜੀ, ਕਿਉਂਕਿ ਇੱਕ ਹਫ਼ਤਾ ਦਿਨ ਇੱਕ ਹਫ਼ਤਾ ਸਮਾਂ ਹਜੇ ਪੱਕਾ ਲੈ ਜੂਗੀ। ਬਾਕੀ ਕੱਦ ਸੋਹਣਾ, ਮੀਡੀਅਮ ਹਾਈਟ ਵੀ ਪੀਰ ਕੋਈ ਮੰਨ ਕੇ ਸੌਦਾ ਕਰ ਸਕਦਾ, ਮੀਡੀਅਮ ਹਾਈਟ ਆ, ਨਾ ਬਾਹਲੀ ਵੱਡੀ ਅਤੇ ਨਾ ਹੀ ਛੋਟੀ, ਦਰਮਿਆਨੀ, ਵਿਚਲਾ ਸਾਈਜ਼ ਆ, ਮੀਡੀਅਮ ਹਾਈਟ ਇਸ ਬੈਠ ਦੀ। ਬਾਕੀ ਲੜਾਂ ਲੁੜਾਂ ਕਾਫੀ ਜ਼ਿਆਦੀਆਂ ਨੇ, ਢਿੱਲਾਂ ਕਾਫੀ ਜ਼ਿਆਦੀਆਂ, ਬਣੂਗੀ ਪੂਰਾ ਕਰਮਾਂ ਵਾਲੀ। ਬਾਕੀ 5-7 ਦਿਨਾਂ ਤੱਕ ਜਿਵੇਂ ਜਿਵੇਂ ਦਿਨ 200 ਟੱਪਦੇ ਜਾ ਰਹੇ ਨੇ, ਨੇੜੇ ਆਉਂਦੀ ਜਾਂਦੀ ਹੈ ਸੌਣ ਦੇ, ਉਵੇਂ ਉਵੇਂ ਬੰਨਾ ਸਟਾਰਟ ਹੋਈ ਪਈ ਹੈ। ਆ ਲਓ, ਠੀਕ ਹੈ ਜੀ, ਸੋ ਬਹੁਤ ਸੋਹਣੀ ਵੰਡ ਵੁੰਡ ਆ ਥਣਾਂ ਦੀ। ਅਤੇ ਬਾਕੀ ਕੋਈ ਵੀਰ ਆਵੇ ਆਪਦੀ ਨਰਖ ਪਰਖਾ ਦੋਸਤੋ, ਤੁਸੀਂ ਚਾਹੋ ਥਣਾਂ ਦੀ ਤਿੱਪ ਕੇ ਆਪਦੀ ਵਰਾ ਕੇ ਜਿੱਦਾਂ ਮਰਜ਼ੀ ਕੋਈ ਵੀਰ ਤਸੱਲੀ ਕਰ ਸਕਦਾ। ਜਿਹੜਾ ਕੋਈ ਵੀਰ ਔਨਲਾਈਨ ਸੌਦਾ ਕਰਦਾ ਦੋਸਤੋ, ਇੱਕ ਗੱਲ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ, ਵੀਡੀਓ ਕਾਲ 'ਤੇ ਵੀ ਆਪਦੀ ਤਪਾਈ ਹੈ ਚਾਹੋ ਥਣਾਂ ਦੀ ਕਰਕੇ ਓਨਰ ਦੇ ਨਾਲ ਪਹਿਲਾਂ ਕੰਟੈਕਟ ਕਰ ਲਿਓ, ਵੀਡੀਓ ਕਾਲ 'ਤੇ ਆਪਣੀ ਤਪਾਈ ਆ, ਤਿੱਪ ਕੇ ਕੋਈ ਵੀਰ ਤਸੱਲੀ ਕਰਵਾ ਸਕਦਾ। ਜਿਹੜਾ ਨਹੀਂ ਪਹੁੰਚ ਸਕਦਾ, ਜਿਹੜਾ ਕੋਈ ਵੀਰ ਪਹੁੰਚ ਸਕਦਾ, ਉਹ ਤੁਸੀਂ ਆਪਦੀ ਘਰ ਆਣ ਕੇ ਜਿਹੜੀ ਤਸੱਲੀ ਉਹ ਕਰ ਹੀ ਲੈਣੀ ਆ, ਠੀਕ ਆ। ਸੋ ਜਿੱਦਾਂ ਮਰਜ਼ੀ ਸੱਜੇ ਖੱਬਿਓਂ ਬੈਕ ਸਾਈਡ ਤੋਂ ਜਿਹੜੇ ਬੰਨੇ ਮਰਜ਼ੀ ਹੱਥ ਕੋਈ ਲਾਈ ਚੱਲੇ ਵੀਰ, ਠੰਡੀ ਧੀਰੀਆ ਸੀਲ ਸਲਾਗਾ ਜਿੱਥੇ ਪੈਰ ਕੱਢ ਕੇ ਖੜ ਗਈ ਕਰਮ ਵਾਲੀ, ਉੱਥੇ ਜਿਹੜਾ ਦੋਸਤੋ ਤੁਸੀਂ ਵੇਖ ਸਕਦੇ ਜੀ ਵੀ ਕੋਈ ਵੀਰ ਅੱਗੇ। ਇਹ ਜਿਹੜੀਆਂ ਪਿਓਰਿਟੀ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦੀਆਂ ਸ਼ਾਹੀਵਾਲ ਆ ਜਾਂਦੀਆਂ ਨੇ, ਉਹ ਵੀ ਸੁਭਾਗੀ ਕਿਤੇ ਨਾ ਕਿਤੇ ਚਲੋ ਸ਼ਾਂਤ ਸੀਲ ਸੁਭਾਅ ਦੀਆਂ ਹੁੰਦੀਆਂ ਨੇ। ਕਈ ਵਾਰ ਕਿਸੇ ਹੋਰ ਨਸਲ ਬ੍ਰੀਡ ਦੇ ਵਿੱਚ ਪਸ਼ੂ ਵੀ ਕ੍ਰੋਸ ਹੋ ਜੇ ਤਾਂ ਕਿਤੇ ਨਾ ਕਿਤੇ ਕੋਈ ਪਸ਼ੂ ਗਰਮ ਨਿਕਲ ਸਕਦਾ, ਪਰ ਇਹ ਠੰਡੀ ਧੀਰੀ ਆ ਕਰਮ ਵਾਲੀ ਸੀਲ ਸਲਾਗਾ ਪੂਰੀ। ਅੱਛਾ ਵੀਰ ਸ਼ਿਬਾਜ਼, ਕੀ ਕੀਮਤ ਕੀ ਮੰਗ ਕਰਦੇ ਹੋ ਜੀ? ਇਹ ਡਿਮਾਂਡ ਇਹਦੀ 52,000 ਹੈ ਜੀ। ਹਾਂਜੀ ਹਾਂਜੀ, ਅਤੇ ਕੋਈ ਲੈਣ ਦੇਣ ਮੌਕੇ 'ਤੇ ਕੋਈ? 47 'ਚੋਂ ਮਾਨਦਾਨ ਕਰ ਦਾਂਗੇ। 47 'ਚੋਂ? ਹਾਂਜੀ, ਠੀਕ ਹੈ ਵੀਰੇ। ਹਾਂਜੀ ਲਓ ਦੋਸਤੋ, 52,000 ਮੰਗ ਵੀਰ ਨੇ ਕੀਤੀ ਆ, ਡਿਮਾਂਡ ਕੀਤੀ ਆ, ਅਤੇ 47,000 ਦੇ ਵਿੱਚੋਂ ਥੋੜ੍ਹਾ ਬਹੁਤਾ ਮਾਨਦਾਨ ਘਰ ਆਇਆਂ ਦਾ ਜ਼ਰੂਰ ਕੀਤਾ ਜਾਊਗਾ। ਬਾਕੀ ਨਿੱਗਰਾ ਕਰਮਾਂ ਵਾਲੀ ਜਿੰਨੀ ਵੀ ਆ ਰਾਜ਼ੀ ਆ, ਵਜਨ ਵੁਜਨ ਪੂਰਾ ਜਿੰਨਾ ਵੀ ਹੈਗਾ, ਅਤੇ ਲੰਬਾ ਧੋਨਾ, ਬਾਕੀ ਝਾਲਰ ਝੂਲਰ ਵੀ ਉਸੇ ਤਰ੍ਹਾਂ ਪੂਰੀ ਆ। ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਆਪਾਂ ਥੋੜ੍ਹਾ ਜਿਹਾ ਨਜ਼ਦੀਕੀ ਤੋਂ ਜ਼ਰੂਰ ਦਿਖਾ ਦਈਏ। ਆ ਲਓ, ਠੀਕ ਆ। ਸੋ ਵੈੜ ਚੰਗੀ ਹੈ, ਬਾਕੀ ਥਣਾ ਥੁਣਾ ਦੀ ਸਾਫ਼ ਸੁਥਰੀ ਆ। ਅਤੇ ਸ਼ਿਬਾਜ਼ ਵੀਰ, ਇੱਕ ਨੰਬਰ ਬੋਲ ਦਿੱਤੇ ਆਪਣੇ, ਜਿਹਨਾਂ ਦੇ ਭੈਣ ਭਰਾਵਾਂ ਸੱਜਣਾਂ ਨੇ ਸੰਪਰਕ ਕਰਨਾ ਜੀ। ਹਾਂਜੀ, 9478। ਹਾਂਜੀ, 90238। ਠੀਕ ਹੈ ਜੀ। ਹਾਂਜੀ, ਇੱਕ ਵਾਰੀ ਫਿਰ ਬੋਲ ਦਿੱਤੇ ਜੀ, 9478। ਹਾਂਜੀ, 90238। ਠੀਕ ਹੈ ਜੀ। ਲਓ ਦੋਸਤੋ, ਖਾਸ ਵਿਜ਼ਿਟ ਤੁਸੀਂ ਪਿੰਡ ਸਾਂਗਰੇ ਕਰਨੀ ਆ, ਅਤੇ ਤਹਿਸੀਲ ਸੁਲਤਾਨਪੁਰ ਲੋਧੀ, ਸੁਲਤਾਨਪੁਰ ਲੋਧੀ ਤੋਂ ਕੋਈ 13 ਕਿਲੋਮੀਟਰ ਦੀ ਦੂਰੀ ਆ ਪਿੰਡ ਸਾਂਗਰੇ ਦੀ, ਬਾਊਪੁਰ ਪਿੰਡ ਬਿਲਕੁਲ ਨਜ਼ਦੀਕ ਆ। ਮੈਪ 'ਤੇ ਕੋਈ ਵੀ ਲੋਕੇਸ਼ਨ ਆ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ, ਜ਼ਿਲ੍ਹਾ ਕਪੂਰਥਲਾ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ।